ਨਾਮ ਦੱਸ ਕੇ ਆਪਣੇ ਬਾਰੇ ਦੱਸ ਕੇ ਕਿਹਦੇ ਕੋਚ ਹੋ ਕਿੰਨੇ ਸਾਲ ਤੋਂ ਤੁਸੀਂ ਆਪਣਾ ਗੇਮ ਦੇ ਵਿੱਚ ਹੈਗੇ ਅਤੇ ਕੀ ਕਹਿਣਾ ਚਾਹੁੰਦੇ ਹੋ ਕੀ ਮੇਰਾ ਨਾਮ ਹਰਿੰਦਰਜੀਤ ਸਿੰਘ ਫੁੱਟਬਾਲ ਕੋਚ ਗੁਰਦਾਸਪੁਰ ਤੋਂ ਮੈਂ 2008 ਤੋਂ ਆਊਟਸੋਰਸਿੰਗ ਰਾਹੀਂ ਸਪੋਰਟਸ ਡਿਪਾਰਟਮੈਂਟ ਦੀ ਸੇਵਾ ਕਰ ਰਿਹਾ ਐਂਡ 2008 ਤੋਂ ਸਾਡੀ ਬਿਲਕੁਲ ਮਾਮੂਲੀ ਜਿਹੀ ਪੇ 'ਤੇ ਅਸੀਂ ਕੰਮ ਕਰ ਰਹੇ ਹਾਂ ਜਸਟ 14,000 ਸਮਥਿੰਗ ਉਹ ਸਾਡੀ ਸਰਕਾਰ ਕੋਲ ਇੱਕ ਹੀ ਬੇਨਤੀ ਆ ਕਿ ਸਾਨੂੰ ਨਹੀਂ ਪਤਾ ਆਊਟਸੋਰਸਿੰਗ ਤੁਸੀਂ ਕਿਹੜੇ ਢੰਗ ਨਾਲ ਡਿਪਾਰਟਮੈਂਟ 'ਚ ਲੈ ਕੇ ਆਉਣਾ ਸਾਨੂੰ ਰੈਗੂਲਰ ਕੀਤਾ ਜਾਵੇ ਕਿਉਂਕਿ ਜਿਹੜੇ ਪਲੇਅਰ ਸਾਡੇ ਕੋਲ ਖੇਡੇ ਆ ਉਹ ਲੱਖਾਂ ਕਰੋੜਾਂ ਰੁਪਈਏ ਕਮਾ ਰਹੇ ਅਤੇ ਅਸੀਂ ਜਸਟ 15,000 ਦੇ ਲਾਗੇ 'ਚ ਅੱਗੇ ਬੈਠੇ ਹਾਂ ਤਾਂ ਸਾਨੂੰ ਮਤਲਬ ਕਿ ਅਸੀਂ ਬੱਚੇ ਨੂੰ ਕਿਤੇ ਕਿਵੇਂ ਮੋਟੀਵੇਟ ਕਰਾਂਗੇ ਆਉਣ ਵਾਲੇ ਭਵਿੱਖ ਨੂੰ ਅਸੀਂ ਕਿਵੇਂ ਸਾਂਭਾਂਗੇ ਕਿ ਸਪੋਰਟਸ ਨੂੰ ਤੁਸੀਂ ਜੁਆਇਨ ਕਰੋ ਈਵਨ ਕਿ ਸਾਡੇ ਕੋਚਿਸ ਦੀ ਇੰਨੀ ਬੁਰੀ ਹਾਲਤ ਆ ਕਿ ਮਤਲਬ ਕਿ 15,000 ਤਨਖਾਹ ਆਉਂਦੀ ਆ ਅਤੇ ਉਧਾਰ ਲਿਆ ਹੁੰਦਾ ਉਸ ਵੇਲੇ ਸਾਨੂੰ ਕਿਸੇ ਨੂੰ ਦੇਣਾ ਪੈ ਜਾਂਦਾ ਤੇਲ 100 ਰੁਪਏ ਲੀਟਰ ਤੇਲ ਹੋ ਗਿਆ ਹਰੇਕ ਨੇ ਬਾਈਕ 'ਤੇ ਆਉਣਾ ਬਾਈਕ 'ਤੇ ਜਾਣਾ ਕਾਰ 'ਤੇ ਸਾਡੇ ਬਾਅਦ ਸੁਪਨਾ ਹੀ ਦੂਰ ਦੀ ਗੱਲ ਹੋ ਗਈ ਆ ਸੋ ਸਾਡੀ ਸਰਕਾਰ ਅੱਗੇ ਬੇਨਤੀ ਆ ਕਿ ਜਿੰਨੇ ਵੀ ਕੁਆਲੀਫਾਈਡ ਆ ਨੋਨ ਕੁਆਲੀਫਾਈਡ ਕੋਚਾਂ ਦੀ ਤਨਖਾਹ ਵਧਾਈ ਜਾਵੇ ਅਤੇ ਸਾਨੂੰ ਪਰਮਾਨੈਂਟ ਕੀਤਾ ਜਾਵੇ ਕਿੰਨੇ ਸਾਲ ਤੋਂ ਭਾਜੀ ਕਰ ਰਹੇ ਕੰਮ 2008 ਤੋਂ ਕਿੰਨੇ ਸਾਲ ਹੋ ਗਏ ਤਨਖਾਹਾਂ ਨੇ ਆਲਮੋਸਟ 15 ਸਾਲ ਤੋਂ ਇੱਥੇ ਹੀ ਚੱਲ ਰਿਹਾ ਕਿਤੇ 11 ਕੈਟਾਗਰੀਆਂ ਤੁਹਾਨੂੰ ਪਹਿਲਾਂ ਦੱਸ ਕੈਟਾਗਰੀਆਂ ਬਣੀਆਂ ਇਹਦੇ ਵਿੱਚ ਕਿਸੇ ਦੀ 10,000 ਹੈ ਕਿਸੇ ਦੀ 11 ਕਿਸੇ ਦੀ 12 ਸਭ ਤੋਂ ਜ਼ਿਆਦਾ ਆਈ ਥਿੰਕ ਸਾਡੀ ਆ 14,000 ਡਿਪਾਰਟਮੈਂਟ ਦੀ ਇੰਨੀ ਤਨਖਾਹ ਦੇ ਵਿੱਚ ਮਹਿੰਗਾਈ ਦੇ ਵਿੱਚ ਕਿੰਨਾ ਕੁ ਗੁਜ਼ਾਰਾ ਕਰਨਾ ਔਖਾ ਹੋ ਗਿਆ ਕਿਉਂਕਿ ਤੁਸੀਂ ਸਪੋਰਟਸਮੈਨ ਡਾਈਟ ਵੀ ਖਾਣੀ ਹਰ ਚੀਜ਼ ਕਰਨਾ ਜੋ ਵੀ ਹੈ ਸਰ ਮੈਂ ਪਹਿਲਾਂ ਦੱਸ ਚੁੱਕਿਆ ਕਿ ਸਰ ਪੈਸੇ ਅਸੀਂ ਉਧਾਰ ਚੁੱਕ ਗਏ ਕਿਸੇ ਕੋਲੋਂ ਆਪਣੇ ਕਿਸੇ ਫਰੈਂਡ ਕੋਲ ਯਾਰ ਉਹਦਾ ਅਬਲ ਤੇ ਅਸੀਂ ਕੋਚ ਹਾਂ ਠੀਕ ਆ ਸਾਨੂੰ ਮੰਗ ਲੱਗਿਆ ਸ਼ਰਮ ਆਉਂਦੀ ਆ ਕਿ ਯਾਰ ਸਾਨੂੰ ਥੋੜ੍ਹੇ ਜਿਹੇ ਪੈਸੇ ਦੇ ਦੇ ਸਾਡੇ ਗੁਜ਼ਾਰਾ ਨਹੀਂ ਹੋ ਰਿਹਾ ਐਂ ਜਦੋਂ ਤਨਖਾਹ ਆਉਂਦੀ ਆ ਤਾਂ ਸਾਨੂੰ ਨਹੀਂ ਪਤਾ ਲੱਗਦਾ ਹਫ਼ਤੇ ਵਿੱਚ ਤਨਖਾਹ ਕਿੱਥੇ ਚੱਲ ਜਾਂਦੀ ਹੈ ਉਹ ਤੁਸੀਂ ਆਪ ਸੋਚੋ ਕਿ ਇੰਨੀ ਮਹਿੰਗਾਈ ਜੇ 15,000 ਰੁਪਇਆ ਕੀ ਚੀਜ਼ ਹੈ ਓਲੰਪਿਕ ਚੱਲਦੀ ਹੈ ਕੀ ਕਹਿਣਾ ਚਾਹੁੰਦੇ ਇੱਕ ਓਲੰਪਿਕਸ ਪਲੇਅਰ ਤਿਆਰ ਕਰਨ ਵਾਸਤੇ ਕਿੰਨੀ ਓਲੰਪਿਕ ਸਰ ਵੇਖੋ ਅਸੀਂ ਦਾਅਵੇ ਕਰਦੇ ਹਾਂ ਕਿ ਓਲੰਪਿਕ ਵਿੱਚੋਂ ਮੈਡਲ ਲਿਆਈਏ ਬਟ ਮੈਡਲ ਆਉਣੇ ਲਿਆਉਣੇ ਕਿੰਨੇ ਨੇ ਜੇ ਸਰ ਸਾਡੇ ਕੋਚ ਜਿਹੜੇ ਨੇ ਅਤੇ ਜੇ ਅਸੀਂ ਗ੍ਰਾਸਰੂਟ ਤੋਂ ਸਹੀ ਢੰਗ ਨਾਲ ਕੋਚਿੰਗ ਨਹੀਂ ਦੇ ਸਕੇ 4.5 ਸਾਲ ਹੋ ਗਏ ਸਰਕਾਰ ਨੂੰ ਸਾਡੇ ਕੋਲ ਇਕਿਊਪਮੈਂਟ ਕੀ ਇੱਕ ਮੈਂ ਫੁੱਟਬਾਲ ਕੋਚ ਇੱਕ ਬਾਲ ਨਹੀਂ ਆਇਆ ਤਾਂ ਅਸੀਂ ਓਲੰਪਿਕ ਦੇ ਸੁਪਨੇ ਕਿੱਥੋਂ ਵੇਖ ਸਕਦੇ ਹਾਂ ਇਹ ਬਸ ਇਸ਼ਤਿਹਾਰ ਵੱਡੀਆਂ ਫਲੈਕਸਿਸ ਲੱਗੀਆਂ ਨੇ ਕਿ ਪੰਜਾਬ ਸਰਕਾਰ ਨੇ ਇਹ ਕੀਤਾ ਉਹ ਕੀਤਾ ਬਟ ਨਥਿੰਗ ਵਾਅਦੇ ਤਾਂ ਬੜੇ ਕਰਦੀ ਪੰਜਾਬ ਸਪੋਰਟਸ ਨੂੰ ਉੱਤਾ ਚੁੱਕਣ ਵਾਸਤੇ ਬਸ ਇਹ ਸਰ ਵਾਅਦੇ ਕਰ ਰਹੀ ਹੈ ਕਿ ਸਪੋਰਟਸ ਨੂੰ ਮਤਲਬ ਕਿ ਇੱਕ ਉਹਨਾਂ ਨੂੰ ਇੱਕ ਮੁੱਦਾ ਹੁੰਦਾ ਉਹਨਾਂ ਕੋਲ ਕਿ ਨਸ਼ਿਆਂ ਤੋਂ ਬਚਾਉਣ ਵਾਸਤੇ ਸਪੋਰਟਸ ਜੁਆਇਨ ਕਰੋ ਬਟ ਸਪੋਰਟਸ ਦਾ ਨਸ਼ੇ ਤੋਂ ਵੀ ਮਾੜਾ ਹਾਲ ਆ ਕੀ ਸਟੈਪ ਕੀ ਹੋਗਾ ਜੀ ਅਗਲਾ ਸਟੈਪ ਸਰ ਸਾਡਾ ਕੰਮ ਤੋਂ ਬਾਈਕਾਟ ਚੱਲ ਰਿਹਾ ਨਾਮ ਤੇ ਆਪਣੇ ਬਾਰੇ ਦੱਸ ਕੇ ਅੱਜ ਜਿਹੜਾ ਤੁਸੀਂ ਪ੍ਰੈਸ ਕੀਤੀ ਹੈ ਕਿਸ ਮਸਲੇ 'ਚ ਕੀਤੀ ਕੀ ਮੰਗਾ ਹੈਗੀ ਸਰ ਮੇਰਾ ਨਾਂ ਜਸਵੰਤ ਸਿੰਘ ਢਿੱਲੋਂ ਹੈਂਡਬਾਲ ਕੋਚ ਮੈਂ ਨੈਸ਼ਨਲ ਇੰਟਰਨੈਸ਼ਨਲ ਕੋਚ ਹਾਂ ਮੈਂ ਤਕਰੀਬਨ ਪਿਛਲੇ 15 ਸਾਲਾਂ ਤੋਂ ਡਿਪਾਰਟਮੈਂਟ ਵਿੱਚ ਕੰਮ ਕਰ ਰਿਹਾ ਮੈਂ ਨਹੀਂ ਕਰ ਰਿਹਾ ਤਕਰੀਬਨ ਸਾਰੇ ਜਿਹੜੇ ਸਾਡੇ ਇੱਥੇ ਕੋਚ ਇਕੱਠੇ ਹੋਏ ਨੇ ਸਾਰੇ ਕਰ ਰਹੇ ਨੇ ਅਤੇ ਸਾਡੀ ਸਰਕਾਰ ਨੂੰ ਇਹ ਮੰਗ ਹੈ ਵੀ ਪਿਛਲੇ ਅਸੀਂ 15 ਸਾਲਾਂ ਤੋਂ ਕੰਮ ਕਰ ਰਹੇ ਸਾਨੂੰ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਸਾਡੀਆਂ ਪੋਸਟਾਂ ਵੀ ਕੁਛ ਡਿਪਾਰਟਮੈਂਟ ਕਹਿ ਰਿਹਾ ਵੀ ਅਸੀਂ ਕੱਢ ਰਹੇ ਹਾਂ ਉਹਨਾਂ ਦੇ ਵਿੱਚ ਸਾਨੂੰ ਕਿਸੇ ਤਰੀਕੇ ਐਕਸਪੀਰੀਅੰਸ ਦੇ ਕੇ ਜਾਂ ਸਾਨੂੰ ਡਿਪਾਰਟਮੈਂਟਲ ਐਕਸਪੀਰੀਅੰਸ ਦੇ ਕੇ ਪੱਕਾ ਕੀਤਾ ਜਾਵੇ ਕਿਉਂਕਿ 15 ਸਾਲ ਵਿੱਚ ਸਾਡੀ ਨਾਂ ਦਾ ਤਨਖਾਹ ਵਧੀ ਆ ਅਸੀਂ ਤਕਰੀਬਨ ਜਿੰਨੇ ਸਾਡੇ ਇੱਥੇ ਕੋਚ ਇਕੱਠੇ ਹੋਏ ਆ ਇਹਨਾਂ ਸਾਰਿਆਂ ਦੇ ਬੱਚੇ ਨੈਸ਼ਨਲ ਇੰਟਰਨੈਸ਼ਨਲ ਲੈਵਲ 'ਤੇ ਆਪਣਾ ਆਪਣੇ ਪੰਜਾਬ ਦਾ ਨਾਮ ਜਿਹੜਾ ਨਾ ਰੋਸ਼ਨ ਕਰ ਚੁੱਕੇ ਨੇ ਸਾਡੀ ਸਰਕਾਰ ਨੂੰ ਹੱਥ ਜੋੜ ਕੇ ਇਹੀ ਬੇਨਤੀ ਆ ਵੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਵੀ ਸਟਰਗਲ ਕਰ ਰਹੇ ਨੇ ਅਤੇ ਮਹਿੰਗਾਈ ਇੰਨੀ ਵੱਧ ਚੁੱਕੀ ਹੈ ਅਤੇ ਕਿਰਪਾ ਕਰਕੇ ਇਸ ਵੱਲ ਧਿਆਨ ਦੇ ਇਸ ਦੇ ਨਾਲ ਹੀ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਸਾਡੇ ਡਿਪਾਰਟਮੈਂਟ 'ਚ 2-3 ਇਹਨਾਂ ਕੈਟਾਗਰੀਆਂ ਬਣਾਈਆਂ ਜਿਹੜੇ NASS ਆ ਕੁਆਲੀਫਾਈਡ ਨੇ ਕੁਛ ਅਨਕੁਆਲੀਫਾਈਡ ਨੇ ਇਹਦੇ ਨਾਲ ਹੀ ਮੈਂ ਜਿਹੜੇ ਸਾਡੇ ਅਨਕੁਆਲੀਫਾਈਡ ਨੇ ਜਿਨ੍ਹਾਂ ਨੂੰ ਸਰਕਾਰ ਨੇ ਭਰਤੀ ਕੀਤਾ ਉਹ ਜ਼ਬਰਦਸਤੀ ਦੇ ਆਏ ਨੇ ਅਤੇ ਉਹਨਾਂ ਦੀ ਵੀ ਤਨਖਾਹ ਕਮ ਸੇ ਕਮ ਵਧਾਈ ਜਾਵੇ ਤਾਂ ਕਿ ਉਹ ਵੀ ਆਪਣੀ ਸੁਸਾਇਟੀ ਦੇ ਵਿੱਚ ਚੰਗੀ ਤਰ੍ਹਾਂ ਜੀ ਸਕਣ ਆਪਣੇ ਬੱਚੇ ਪਾਲ ਸਕਣ ਅਤੇ ਅੱਜ ਅਸੀਂ ਜਿਹੜੇ ਸਾਰੇ ਜਿਹੜੇ ਇਕੱਠੇ ਹੋਏ ਇਸ ਸੰਬੰਧ ਵਿੱਚ ਇਕੱਠੇ ਹੋਏ ਵੀ ਖੇਡੋ ਪੰਜਾਬ ਦੀ ਇੱਕ ਐਪ ਲਾਂਚ ਕੀਤੀ ਡਿਪਾਰਟਮੈਂਟ ਨੇ ਉਹਦੀ ਟ੍ਰੇਨਿੰਗ ਦੇ ਵਿੱਚ ਜਦਕਿ ਅਸੀਂ ਪਹਿਲਾਂ ਦੱਸ ਚੁੱਕੇ ਸੀ ਵੀ ਸਾਡਾ ਸਾਰੀਆਂ ਚੀਜ਼ਾਂ ਦਾ ਬਾਈਕਾਟ ਆ ਜਿੰਨਾਂ 'ਚ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਕਿਉਂਕਿ ਹੁਣ ਜੇ ਆਪਾਂ ਓਲੰਪਿਕ ਦੀ ਗੱਲ ਕਰੀਏ ਅਜੇ ਰੀਸੈਂਟਲੀ ਆਪਣੀ ਓਲੰਪਿਕ ਚੱਲਣ ਲਈ ਕਿੱਥੋਂ ਬੱਚੇ ਬਾਹਰ ਜੇ ਕੋਚਾਂ ਦਾ ਇਹ ਹਾਲ ਆ ਜਿਨ੍ਹਾਂ ਨੇ ਓਲੰਪਿਕ ਤੱਕ ਬੱਚਿਆਂ ਨੂੰ ਲੈ ਕੇ ਜਾਣਾ ਜੇ ਉਹਨਾਂ ਦਾ ਇਹ ਹਾਲ ਆ ਤਾਂ ਤੁਸੀਂ ਆਪ ਵੀ ਅੰਦਾਜ਼ਾ ਲਾ ਸਕਦੇ ਸੋਸਾਇਟੀ ਵੀ ਸਾਡੀ ਅੰਦਾਜ਼ਾ ਲਾ ਸਕਦੀ ਵੀ ਸਾਡੇ ਬੱਚੇ ਕਿਹੜੇ ਭਵਿੱਖ ਵਿੱਚ ਕੀ ਕਰਨਗੇ ਅਤੇ ਮੇਰੀ ਹੱਥ ਜੋੜ ਕੇ ਆਪਣੇ ਸਾਰੇ ਕੋਚਿਸ ਸਾਹਿਬਾਨ ਵੱਲੋਂ ਬੇਨਤੀ ਹੈ ਵੀ ਕਿਰਪਾ ਕਰਕੇ ਸਾਡੀ ਮੰਗ ਵੱਲ ਧਿਆਨ ਕਿਉਂਕਿ ਬਹੁਤ ਵੱਡੀ ਮੰਗ ਨਹੀਂ ਆਈ ਔਰ ਜੇ ਆਪਾਂ ਹਰਿਆਣੇ ਨਾਲ ਕੰਪੇਅਰ ਕੀਤਾ ਜਾਵੇ ਤਾਂ ਹਰਿਆਣੇ ਕੋਲ ਇਸ ਟਾਈਮ 600 ਕੋਚ ਆਏ ਔਰ 400 ਕੋਚ ਅਸੀਂ ਹੋਰ ਸੁਣਿਆ ਕੱਢ ਰਹੇ ਨੇ ਅਤੇ ਸਾਡੇ ਕੋਲ ਸਿਰਫ ਕਿੰਨੀ ਗਿਣਤੀ ਆ ਪੱਕੇ ਕੋਚਾਂ ਦੀ ਕੁੱਲ 170 ਪਲੱਸ 170 ਆਊਟਸੋਰਸਿੰਗ ਰੱਖੇ ਅਤੇ ਆਪਾਂ ਜਿਹੜਾ ਪੰਜਾਬ ਕਿਸੇ ਵੇਲੇ ਟੌਪ ਕਰਦਾ ਹੁੰਦਾ ਸੀ ਗੇਮਾਂ ਦੇ ਵਿੱਚ ਜਿੱਥੇ
ਤੇ ਆਪਣੇ ਬਾਰੇ ਦੱਸ ਕੇ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਅੱਜ ਤੁਹਾਨੂੰ ਸਮੱਸਿਆ ਆ ਰਹੀ ਹੈ ਕਿੰਨੇ ਸਾਲਾਂ ਤੋਂ ਆ ਰਹੀ ਹੈ ਕੀ ਸਮੱਸਿਆ ਹੈ ਤੁਹਾਡੀ ਸਰ ਮੇਰਾ ਨਾਮ ਰਾਜਵਿੰਦਰ ਕੌਰ ਹੈ ਮੈਂ ਵਾਲੀਬਾਲ ਕੋਚ ਡਿਸਟ੍ਰਿਕਟ ਅੰਮ੍ਰਿਤਸਰ ਚ ਸੇਵਾ ਨਿਭਾ ਰਹੀ ਹਾਂ ਔਰ 2016 ਤੋਂ ਮੈਂ ਇਸ ਡਿਪਾਰਟਮੈਂਟ ਚ ਕੰਮ ਕਰਦੀ ਆ ਰਹੀ ਹਾਂ ਅਤੇ ਕੁਆਲੀਫਾਈਡ ਕੋਚ ਹਾਂ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਜਿਹੜੇ ਕੁਆਲੀਫਾਈਡ ਉਹਨਾਂ ਨੂੰ ਪੱਕੇ ਕੀਤਾ ਜਾਵੇ ਅਤੇ ਜਿਹੜੇ ਅਨਕੁਆਲੀਫਾਈਡ ਉਹਨਾਂ ਦੀ ਤਨਖਾਹ ਵਧਾਈ ਜਾਵੇ ਕਿਉਂਕਿ ਸਾਡੀ ਤਨਖਾਹ ਅਸੀਂ 10 ਤੋਂ 15 ਹਜ਼ਾਰ 'ਚ ਕੰਮ ਕਰ ਰਹੇ ਹਾਂ ਔਰ ਦਿਨ ਦੇ ਅਪ ਡਾਊਨ ਦੇ ਸਾਡੇ 6 ਚੱਕਰ ਲੱਗ ਜਾਂਦੇ ਆ 2 ਟਾਈਮ ਗਰਾਊਂਡ ਜਾਣਾ ਆਉਣਾ ਸਵੇਰੇ ਫਿਰ ਸ਼ਾਮ ਨੂੰ ਜਾਣਾ ਆਉਣਾ ਔਰ ਦਿਨ ਦੇ ਟਾਈਮ ਆਫਿਸ ਦਾ ਹੁੰਦਾ ਅਤੇ ਸਾਡਾ ਘੱਟ ਤੋਂ ਘੱਟ 200 ਰੁਪਏ ਦਾ ਤੇਲ ਇੱਕ ਦਿਨ ਦਾ ਪੈ ਰਿਹਾ ਅਤੇ ਤਨਖਾਹ ਅਸੀਂ ਕੁਆਲੀਫਾਈਡ ਹੈ 15 ਹਜ਼ਾਰ ਲੈ ਰਹੇ ਹਾਂ ਅਨਕੁਆਲੀਫਾਈਡ ਦਾ ਵੀ ਸੇਮ ਕੰਮ ਆ ਔਰ ਪਰਮਾਨੈਂਟ ਦਾ ਵੀ ਸੇਮ ਕੰਮ ਆ ਆਉਣ ਜਾਣ ਦਾ ਸਾਡਾ ਮਤਲਬ 200 ਰੁਪਏ ਦਾ ਇੱਕ ਟਾਈਮ ਦਿਨ ਦਾ ਪੈ ਰਿਹਾ ਅਤੇ ਸੈਲਰੀ ਜਿਹੜੀ 10 ਹਜ਼ਾਰ ਤਨਖਾਹ ਉਹ ਕੋਚ ਕੀ ਕੰਮ ਕਰੂਗਾ ਸਰਕਾਰ ਵੱਲੋਂ ਬੜੇ ਵਾਅਦੇ ਕੀਤੇ ਜਾਂਦੇ ਸਪੋਰਟਸ ਨੂੰ ਉੱਚਾ ਚੁੱਕਣ ਵਾਸਤੇ ਬੜੇ ਬੜੇ ਵਾਅਦੇ ਕੀਤੇ ਜਾਂਦੇ ਆ ਨੌਕਰੀਆਂ ਦਿੱਤੀਆਂ ਹਵਾ 'ਚ ਸਰ ਅਜੇ ਤੱਕ ਤਾਂ ਹਵਾ 'ਚ ਹੀ ਚੱਲ ਰਿਹਾ ਜਦੋਂ ਇਹ ਪੰਜਾਬ ਦੇ ਕੋਚ ਕੁਛ ਮਿਲੇ ਗਿਣਨ ਤਾਂ ਹੀ ਅੱਗੇ ਜਾ ਕੇ ਅੱਗੇ ਗਰਾਊਂਡਾਂ 'ਚ ਵੀ ਕੁਛ ਨਜ਼ਰ ਆਏਗਾ ਆਪਣੇ ਵੱਲੋਂ ਅਸੀਂ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਹਾਂ ਬੱਚਿਆਂ ਨੂੰ ਚਲੋ ਅੱਗੇ ਨੂੰ ਕੱਢੀਏ ਪਰ ਇੱਕ ਜਦੋਂ ਕੋਚ ਆਪ ਹੀ ਖੁਸ਼ ਨਹੀਂ ਆ ਅਤੇ ਉਹ ਕੰਮ ਵੀ ਕਿਵੇਂ ਕਰ ਪਾਉਂਦੇ ਆ ਉਹਨਾਂ ਨੇ ਕੋਚਾਂ ਨੂੰ ਪਤਾ ਵੀ ਸਾਰਿਆਂ ਦੇ 'ਚ ਕਿੰਨਾ ਦਰਦ ਆ ਓਲੰਪਿਕ 'ਚ ਸਰ ਜੇ ਗਰਾਊਂਡਾਂ 'ਚ ਹੀ ਸਾਡੇ ਕੁਛ ਨਹੀਂ ਹੈਗਾ ਤਾਂ ਅਸੀਂ ਕਿਵੇਂ ਕਰਾਂਗੇ ਸਾਨੂੰ ਤਾਂ ਇੱਕ ਟਾਈਮ ਇਹ ਹੁੰਦਾ ਵੀ ਹਾਂ ਸ਼ਾ ਆਪਣੇ ਗਰਾਊਂਡ 'ਚ ਪਹੁੰਚ ਗਏ ਵਾਪਸ ਆਉਣ ਜੋਗੇ ਸਾਡੇ ਤੇਲ ਹੈ ਵੀ ਨਹੀਂ ਹੈ ਕੀ ਮੰਗ ਕਰਦੇ ਗਵਰਨਮੈਂਟ ਮੰਗ ਇਹੀ ਕਰਦੇ ਹਾਂ ਕਿ ਪਰਮਾਨੈਂਟ ਕੀਤਾ ਜਾਏ ਜਿਹੜੇ ਕੁਆਲੀਫਾਈਡ ਆ ਅਨਕੁਆਲੀਫਾਈਡ ਆ ਜਿਹੜੇ ਉਹਨਾਂ ਦੀ ਤਨਖਾਹ ਵਧਾਈ ਜਾਏ ਬਸ ਇਹੀ ਹੈ ਸਾਡੀ ਤਾਂ ਬੇਨਤੀ ਸਰਕਾਰ ਨੂੰ ਠੀਕ ਹੈ